بسم اللہ الرحمن الرحیم. السلام علیکم ویریئر، تسی اپنا سرکیاں چینل تے میں تہاڈا میزبان نشان پرواہاں تے روزانہ دی نویں تے نویں تچے تچے ویڈیو لے کے ہزار ویز امید کرنا انشاءاللہ پرواہاں نوں ویڈیو پسند آؤندی ہے. ویڈیو نوں لائک بھی کر دیو، ویڈیو شیئر بھی کر دیو، سب توں پہلا اپنے چینل نوں کرنا سبسکرائب اور بیل آئیکن دا بٹن جڑا ضرور دبا لینا تاکہ ساڈی آون والی ਨਵੀਂ ਤੋਂ ਨਵੀਂ ਵੀਡੀਓ ਜਿਹੜੀ ਆ ਭਰਾਵਾਂ ਤੱਕ ਆਸਾਨੀ ਪਹੁੰਚ ਸਕੇ. ਵੀਡੀਓ ਜਿਹੜੀ ਬਣਾ ਲੱਗੀਆਂ ਵੀਡੀਓ ਇਸ ਤਰ੍ਹਾਂ ਮੇਰੀ ਗੁੱਜਰ ਦੀ ਵੀਡੀਓ ਅੱਗੇ ਵੀ ਵੀਡੀਓ ਤੁਸੀਂ ਵੇਖਦੇ ਪਏ ਕਿੱਦਾਂ ਦੀ ਵੀਡੀਓ ਜਿਹੜੀ ਹੈ ਨਾ ਇਹ ਅਪਲੋਡ ਹੁੰਦੀ ਹੈ. ਬਾਕੀ ਵੀਡੀਓ ਦਾ ਐਡਰੈਸ ਹੈ ਜੇ ਜ਼ਿਲ੍ਹਾ ਤਹਿਸੀਲ ਇਹ ਗੁਜਰਾਤ ਹੈ ਔਰ ਪਿੰਡ ਜਿਹੜਾ ਜੀ ਇਹਨਾਂ ਦਾ ਘਈਆਂ ਲੱਗੇ ਚੰਦੇ ਨੇ ਜੀ. ਇਸ ਤਰ੍ਹਾਂ ਕਿਸੇ ਵੀ ਭਰਾ ਨਾ ਹੋਵੇ ਗੁਜਰਾਤ ਤੋਂ ਨਿਕਲ ਕੇ ਆ ਜਾਣਾ ਕੜੀਆਂ ਵਾਲੇ ਔਰ ਕੜੀਆਂ ਵਾਲੇ ਅੱਗੇ ਤਕਰੀਬਨ ਜਿਹੜਾ ਨਾ 5 ਕਿਲੋਮੀਟਰ ਤੋਂ ਬਾਅਦ ਇਹਨਾਂ ਦਾ ਪਿੰਡ ਆਉਂਦਾ. ਇਹੀ ਇਹਨਾਂ ਦੀ ਲੋਕੇਸ਼ਨ ਹੈ ਤੇ ਬਾਕੀ ਜਿਹੜੀ ਗੱਲਬਾਤ ਹੈ ਨਾ ਡੰਗਰਾਂ ਦੀ ਉਹ ਸਾਰੀ ਚੱਲਾ ਗੁੱਜਰ ਤੱਕ ਕਰਨਾ ਤੇ ਪੁੱਛ ਲੈਂਦੇ ਕਿ ਕਿੰਨੇ ਨੇ ਡੰਗਰ ਜਿਹੜੇ ਅੱਜ ਨਵੀਂ ਵੀਡੀਓ 'ਚ ਲਾਣੇ ਨੇ ਡੰਗਰ ਵੇਖ ਲੈਣੇ ਨੇ. ਅਗਲੀ ਗੱਲਬਾਤ ਜਿਹੜੀ ਇਹਨਾਂ ਜਿਹੜੇ ਜਿਹੜੇ ਭਰਾ ਨੂੰ ਪਸੰਦ ਆਵੇ ਨੰਬਰ ਸਕਰੀਨ ਤੇ ਲੱਗ ਜਾਣਾ, ਰਾਬਤਾ ਕਰਕੇ ਆਪਣਾ ਸੌਦਾ ਜਿਹੜਾ ਜੀ ਫਰਨ ਕਰ ਲੈਣਾ ਤੇ ਅੱਲਾ ਪਾਕ ਰੱਖੇ ਮਿਹਰ ਤੇ ਬਿੱਲਾ ਤੱਕੇ ਜਿਹੜਾ ਨਵੀਂ ਵੀਡੀਓ ਕਰਨੇ ਆ ਜੀ ਸ਼ੁਰੂ. ਆਓ ਜੀ ਗੁੱਜਰ ਸਾਹਿਬ ਅਸਲਾਮ ਅਲੈਕਮ ਜੀ. ਵਾਲੇਕੁਮ ਸਲਾਮ, ਸੁਣਾਓ ਤਾਂ ਨਿਸ਼ਾਨ ਕੀ ਹਾਲ ਹੈ? ਠੀਕ ਹੋ? ਅੱਲਾ ਪਾਕ ਦਾ ਸ਼ੁਕਰ ਹੈ ਬੇਟੇ ਸਾਹਿਬ, ਤੁਸੀਂ ਸੁਣਾਓ ਕੀ ਹਾਲ? ਬਿਲਕੁਲ ਠੀਕ ਠਾਕ, ਬੋਲਣਾ ਸ਼ੁਕਰ ਹੈ. ਸਿਹਤ ਵੀ ਹੈ ਠੀਕ? ਬਿਲਕੁਲ. ਲੋ ਜੀ ਗੁੱਜਰ ਸਾਹਿਬ, ਕਿੰਨੇ ਨੇ ਡੰਗੇ ਜਿਹੜੇ ਲਾੜੇ ਨੇ? ਝੂਠੀਆਂ ਜੇ ਨੇ ਸਰਾ. ਠੀਕ ਹੈ. ਇੱਕ ਵਿੱਕ ਹੀ ਹੈ ਤੇ ਇੱਕ ਜਿਹੜੀ ਬੱਚਾ ਭੁੱਲ ਗਈ ਉਹ ਨਹੀਂ ਪਾਣੀ ਦੇ. ਵੈਰੀ ਗੁੱਡ ਜਨਾਬ. ਇਹ ਜੋ ਠੀਕ ਕੰਪਨੀ ਤਿਆਰ ਇੱਕ ਹੀ ਲਾਣੀ ਹੈ ਨਾ ਜੀ? ਠੀਕ ਹੋ ਗਿਆ ਜਨਾਬ. ਇੱਕ ਵਿੱਕ ਹੀ ਹੈ, ਇੱਕ ਲਾਣੀ ਨਹੀਂ ਤੇ ਇੱਕ ਖੜੀ ਹੈ ਜਿਹੜੀ ਵੀਡੀਓ ਚ ਲੱਗਣੀ ਹੈ ਕੰਬਣ ਹੈ ਕੰਬਣ ਛੋਟੀ ਤਿਆਰ ਜਿਹੜਾ ਹੈ. ਵੈਰੀ ਗੁੱਡ. ਲੋ ਜੀ ਗੁੱਜਰ ਸਾਹਿਬ, ਇੱਕ ਵਾਰੀ ਸਲਾਮ ਦਾ ਕਰੋ ਆਪਣੇ ਜਾਣ ਵਾਲਿਆਂ ਨਾਲ. ਜਿਹੜੇ ਭਰਾ ਵੀਡੀਓ ਦੇਖਦੇ ਨੇ ਬਹੁਤ ਬਹੁਤ ਸ਼ੁਕਰੀਆ ਉਹਨਾਂ ਦਾ ਜੀ. ਮੇਰੀ ਤਰਫੋਂ ਉਹਨਾਂ ਨੂੰ ਜਨਾਬ ਅੱਜ ਦੀ ਵੀਡੀਓ ਦੇ ਵਿੱਚ ਤੇ ਝੋਟੀ ਆ ਗਈ ਹੈ ਸਾਹਮਣੇ. ਲੈਣੇ ਦੇਣੇ ਨਸੀਬ ਨੇ ਸਾਰੀ ਨਸੀਬਾਂ ਦੀ ਪਹਿਚਾਨ ਜੀ. ਮੇਰੀ ਪਹਿਲਣ ਮੂੰਹ ਚ ਚੋਗੀ ਹੈ ਬੇਦੀ. ਤੁਸੀਂ ਪਹਿਲਣ ਹੈ ਜਾਂ ਪਹਿਲਣ ਚੋਗੀ ਮੂੰਹ ਬਾਹਰ ਜਿਹੜਾ ਦਿਲ ਭੜਾ ਹੁੰਦਾ ਨਾ ਜੀ? ਮਾਸ਼ਾ ਅੱਲਾਹ, ਪਹਿਲਣ ਚੋਗੀ ਔਰ ਮੂੰਹ ਚ ਚੋਗੀ ਜਿਹੜਾ ਹੈ ਨਾ ਫਿਰ ਆਈ ਤੇ ਵੇਲ ਔਰ ਬਰੀਕੀਆਂ ਜਿਹੜੀਆਂ ਨੇ ਨਾ ਇਹ ਝੋਟੀ ਦੀਆਂ ਚੇਕ ਕਰਨੀਆਂ ਨੇ. ਸੇਰੀ ਦੇ ਵਿੱਚ ਸਹੀ ਹੁੰਦੀ ਹੈ ਕੁਝ 6 ਮਹੀਨੇ ਦੀ ਕੱਟੀ ਹੈ ਮੂੰਹ ਦੇ ਪਰ ਦੀ ਗਲਾਸ ਵਿੱਚ ਪਾਣੀ ਦਾ ਜੀ ਜੀ ਬਿਲਕੁਲ ਜਨਾਬ. ਬਰੀਕ ਪੁੱਛੇ ਪੁੱਛੇ ਦੀ ਚੜਾਈ ਇੱਧਰ ਆ ਜਾਣਾ ਬਣਾ ਲਈ ਬਰੀ ਮੂੰਹ ਕੰਨੀਆਂ ਬਾਹਰ ਵਾਲੀਆਂ ਕੱਢ ਦੀਜੇ ਪਈ ਜੀ ਬਿਲਕੁਲ ਜਨਾਬ. ਮੂੰਹ ਚ ਚੋਗੀ ਹੈ ਨਾ ਛੱਡ ਦਿਓ ਝੋਟੀ ਨੂੰ ਇੱਕ ਵਾਰੀ ਬਲਾਲ ਨੂੰ ਜਿਹੜਾ ਨਾ ਇਹ ਫੇਰ ਟੋਰ ਕੇ ਝੋਟੀ ਨੂੰ ਵਖਾਣ ਦੇ ਅੱਲਾ ਕਿੰਨੀਆਂ ਗਿੱਠਾਂ ਮੇਰੀ ਝੋਟੀ ਦਾ ਘਰ ਤੂੰ ਦੇਖ ਪਿੱਛੂ ਦੇਖ ਚੰਗੀ ਹੈ ਜਨਾਬ. ਅੱਲਾ ਪਾਕ ਜਿਹੜਾ ਵੀ ਭਰਾ ਲੈ ਕੇ ਜਾਏ ਨਾ ਤੇ ਚੋਣੀ ਚਿਮਣੀ ਉਹਨਾਂ ਦੇ ਨਸੀਬ ਤੇ ਉਹਦੇ ਵਜੇ ਸਭ ਦੀ ਦੇਰ ਆਈ ਕਿੰਨੇ ਕੋ ਟਾਈਮ ਝੋਟੀ ਲੈ ਰਹੇ ਨੇ ਅਜੇ ਮੇਰੇ ਹਿਸਾਬ ਝੋਟੀ ਦੀ ਗੱਡੀ ਲੈ ਕੇ ਚਲੋ ਬਈ ਹੈ ਠੀਕ ਹੈ ਯਾਰ 5 6 ਕੱਢ ਦੇ ਇੱਕ ਹਫਤਾ ਹੈ ਆਹ ਮੁੰਦੀ ਦੇ ਕੱਢ ਦੇ ਮਾਸ਼ਾਅੱਲਾ ਜਨਾਬ. ਇਹ ਪਤਾ ਹੀ ਨਹੀਂ ਝੋਟੀ ਜੀ ਬਿਲਕੁਲ ਜੀ. 5 ਤੋਂ 6 ਦਿਨ ਜਿਹੜਾ ਹੈ ਨਾ ਇਹ ਝੋਟੀ ਨੇ ਲੈ ਜਾਣੇ ਨੇ. ਫਿਰ ਪੱਖੀ ਭੁੰਨੀ ਕੋਲੀ ਕੋਲੀ ਜਨਾਬ ਹੈ ਨਾੜਾਂ ਦੇਖੋ ਤੁਸੀਂ ਝੋਟੀ ਦੇ ਵਜੂਦ ਕਾਗਜ਼ ਨਾਲ ਬਰੀਕ ਹੋਵੇ ਬਰੀਕ ਹੈ ਨਾ ਜਾ ਕਹਿੰਦਾ ਜੀ ਗੰਢੇ ਦੀ ਛੱਲੜ ਆ ਰਿਹਾ ਜੇ ਮੱਖੀ ਤੋਂ ਜੋ ਖੁੱਲਾ ਨਿਕਲਾ ਜੀ ਬਿਲਕੁਲ ਜਨਾਬ. ਔਰ ਫਿਰ ਲੱਤ ਬਰੀਕ ਹੋਵੇਗੀ ਔਰ ਕੋਲ ਹੋਣਗੇ ਜਾ ਮਾਸ਼ਾਅੱਲਾ ਜਨਾਬ. ਗੁਜੇ ਸਾਹਿਬ ਥਣਾ ਦੀ ਤਸੱਲੀ ਹੈ ਨਾ ਥਣਾ ਦੀ ਭਾਰ ਦੀ ਜਨਾਬ ਗਰੰਟੀ ਹੈ ਬਈ ਠੀਕ ਹੈ
ਕਿਸੇ ਪਾਸੇ ਨੂੰ ਵਾਰ ਖੋਲੀ ਹੋਵੇ। ਵੈਰੀ ਗੁੱਡ ਜੀ ਜਨਾਬ, ਕਿਉਂਕਿ ਗੱਭਣੇ ਇਹਦੀ ਤਸੱਲੀ ਹੈ ਥਣਾਂ ਦੇ ਔਰ ਭਾਰ ਦੇ। ਇਹ ਕੋਈ ਵੀ ਭਰਾ ਜ਼ਬਾਨ ਤੇ ਲੈ ਜੇ ਤੇ ਜਨਾਬ ਤਸੱਲੀ ਹੋਵੇਗੀ। ਜੇ ਮੌਕਾ ਵੀ ਪੂਰਾ ਹੋਵੇ ਨਾ ਤਸੱਲੀ ਕਰੇ ਜਨਾਬ, ਜਿਹੜੀ ਗੱਲ ਕਰਾਂਗੇ ਉਹਦਾ ਪੂਰਾ ਪਹਿਰਾ ਦਊਂਗਾ। ਵੈਰੀ ਗੁੱਡ ਜੀ, ਗੱਲ 100 ਚੋਂ 110% ਅੱਗੀ ਸੱਚੀ ਤੇ ਖਰੀ ਜਿਹੜਾ ਨਾ ਹੋਵੇਗੀ ਤੇ ਫਿਰ ਲਫਾਸ ਇਹ ਝੋਟੀ ਦਾ ਜਨਾਬ ਚੈੱਕ ਕਰਨਾ। ਦੇਖੋ ਜਨਾਬ ਦੋਹਰਾ ਜੀ, ਆ ਪੂਛਲੀ ਦੇਖੋ ਬਰੀਕ ਬਰੀਕ ਜਿਹੜਾ ਨਾ, ਅਜੇ ਤਾਂ ਸਾਰੀ ਛਲਕਦੀ ਪਈ ਹੈ ਝੋਟੀ। ਮਾਸ਼ਾਅੱਲਾ ਜੀ, ਜਿੱਥੋਂ ਪੜੋਗੇ ਚਮ ਜਿਹੜਾ ਨਾ ਹੱਥ ਚ ਆਵੇਗਾ। ਮਾਸ਼ਾਅੱਲਾ ਜਨਾਬ, ਲਓ ਜੀ ਗੁਰਜੋ ਸਾਹਿਬ ਦੀ ਗ੍ਰੇਟ ਬਿਸਮਿਲਾ ਪੜੋ ਜੀ, ਕਿਸੇ ਭਰਾ ਨੂੰ ਪਸੰਦ ਆਵੇ ਨਾ ਝੋਟੀ। ਜੈ ਜੀ ਰੋਜ਼ੀ ਰੱਖ ਕੇ ਕਿੰਨੇ ਦੀ ਜਨਾਬ ਨੇ ਦੇ ਸਕਦੀ ਝੋਟੀਆਂ ਸਾਰੇ ਦੇਵੀਆਂ ਤੇ ਝੋਟੀ ਆਇਆ ਤੇ ਅਸੀਂ ਇਹਦੇ ਨੂੰ ਝੋਟੀ ਕਦੇ ਲਈ ਨਹੀਂ ਆਇਆ। ਠੀਕ ਹੈ, ਇਹ ਜਨਾਬ ਖੜਕੇ ਦਾ ਬੰਦਾ ਉਹਦੇ ਕੋਲ ਝੋਟੀ ਲਿਆ, ਉਹ ਉਹਦਾ ਨਾਂ ਹੈ। ਠੀਕ ਹੈ, ਉਹਨੇ ਆਖਿਆ ਮੇਰੀ ਝੋਟੀ ਜਿਸੇ ਫੁੱਲ ਤਿਆਰ ਹੋਈ ਤੇ ਤੈਨੂੰ ਦੱਸੇ ਦੀ ਝੋਟੀ। ਵੈਰੀ ਗੁੱਡ ਜਨਾਬ, ਇੰਜ ਦੀ ਝੋਟੀ ਹੈ ਜੀ। ਉਹਨੇ ਆਖਿਆ ਨਸਰ ਬਹੁਤ ਤੰਗੀ ਜੀ। ਮਾਸ਼ਾਅੱਲਾ ਚੰਗੀ ਹੈ ਨਾ। ਲਓ ਜੀ ਗੁਰਜੇ ਸਾਹਿਬ ਦੀ ਗ੍ਰੇਟ ਹੋਣ ਬਿਸਮਿਲਾ ਪੜੋ ਜਨਾਬ, ਕਿੰਨੇ ਦਾ ਰਸਾ ਫੜਾਣਾ ਹੈ ਜਨਾਬ? ਪੱਕੀ ਪੱਕੀ ਗੱਲ ਕਰਨੀ ਹੈ, ਲੰਮੇ ਪੈਂਡੇ ਨਹੀਂ ਮਾਰਨੇ ਹਨ, ਇੱਕੋ ਹੀ ਗੱਲ ਕਰਨੀ ਹੈ। ਠੀਕ ਹੈ, 4,90,000 ਦੀ ਝੋਟੀ ਦੇ ਸਕਦਾ ਜੈਦ ਰੋਜ਼ੀ ਰੱਖ ਕੇ। ਲੰਮੇ ਨੀ, 6 ਨੀ, 5 ਨੀ, ਅਸੀਂ ਕਰਨਾ ਜੈਦ ਦੀ ਰੋਜ਼ੀ ਰੱਖ। ਕੁਛ ਰੋਬਾ ਬੱਚੇ ਦਾ ਜਿਸ ਭਰਾ ਨੂੰ ਪਸੰਦ ਆਵੇ, 4,00,000 ਤੇ 90,000 ਰੁਪਈਏ ਜਨਾਬ ਝੋਟੀ ਦੀ ਡਿਮਾਂਡ ਆਏ ਦੀ ਕਦਰ ਹੋਵੇਗੀ ਨਾ ਜਾ ਨਾ ਬੋਲ ਹੋਵੇਗੀ ਜ਼ਰੂਰ ਜੀ। ਮਾਸ਼ਾਅੱਲਾ ਜਨਾਬ, ਪਿਆਰ ਦਾ ਬਜਟ ਹੈ ਨਾ, ਇਹ ਜ਼ਰੂਰ ਹੋਵੇਗਾ, ਆਏ ਦੀ ਕਦਰ ਜ਼ਰੂਰ ਹੋਵੇਗੀ। ਲੋ ਜੀ ਬਲਾਲ ਇੱਥੇ ਖਲੋ ਕੇ ਨਾ ਇੱਕ ਵਾਰੀ ਪੂਰਾ ਜਿਹੜਾ ਨਾ ਡੇਰੀ ਦੇ ਇੱਕ ਵਾਰੀ ਕੈਮਰਾ ਮਾਰਨਾ, ਸਾਰੇ ਜਿਹੜੀ ਹੈ ਨਾ ਇਹ ਡੇਰੀ ਵਿਖਾ ਸਕਣੀ। ਗੁਰਜੇ ਸਾਹਿਬ ਇਸ ਟਾਈਮ ਕਿੰਨੇ ਚੰਗੇ ਟੋਟਲ ਫਾਰਮ ਦੇ ਮੌਜੂਦ ਨੇ ਜਨਾਬ? 65 ਲੱਖ ਦੇ ਸਾਰੇ ਟੋਟਲ, ਛੋਟੇ ਵੱਡੇ ਜਿਹੜੇ ਛੋਟੇ ਵੱਡੇ। ਠੀਕ ਹੋ ਗਿਆ, ਇਹਦੇ ਵਿੱਚੋਂ 7-8 ਮੱਝਾਂ ਸੂਤ ਪਈਆਂ ਨੇ, ਤਾਜ਼ੀਆਂ ਨੇ ਬਿਲਕੁਲ ਲੈਰੀਆਂ ਜਿਹੜੀਆਂ ਨੇ। ਠੀਕ ਹੋ ਗਿਆ ਜਨਾਬ, ਤੇ ਕੱਲ ਇੱਕ ਮੱਝ ਲਾ ਗਿਆ ਤੇ ਵੱਡੀ ਮੱਝ ਸੀ ਮੇਰੇ ਕੋਲ, 7 ਭੋਈ ਵਰਦਾ ਇੱਕ ਜਿਹੜਾ। ਠੀਕ ਹੋ ਗਿਆ ਜਨਾਬ, ਵੱਡੀ ਮੱਝ ਖੜੀ ਸੀ, ਉਹ ਲੈ ਕੇ ਗਏ ਜੀ, ਉਹ ਫਾਰਮ ਵੀ ਗਈ ਹੈ ਫਾਰਮ ਚ। ਠੀਕ ਹੋ ਗਿਆ, ਤੇ ਦੂਜਾ ਇੱਕ ਉਹ ਬਰੀਡਰ ਹੈ ਉਹ ਵੀ ਵੇਚਣਾ। ਠੀਕ ਹੋ ਗਿਆ ਜੀ, ਬਿਲਕੁਲ ਉਹ ਬਲਾਲ ਦਾ ਵਹਾਂਦਾ ਬਰੀਡਰ ਜਿਹੜਾ ਹੈ ਨਾ, ਤੇ ਕਿਸੇ ਭਰਾ ਨੂੰ ਪਸੰਦ ਆਵੇ ਨਾ ਉਹ ਜਨਾਬ ਰਾਬਤਾ ਕਰ ਲੋ ਜੀ। ਸਾਹਿਬ ਇਸ ਟਾਈਮ ਜਿਹੜਾ ਹੈ ਨਾ ਟੋਟਲ ਫਾਰਮ ਦੇ ਜਿਹੜੇ ਕਿੰਨਾ ਕੁ ਟਾਈਮ ਦਾ ਦੁੱਧ ਜਿਹੜਾ ਹੋਇਆ ਜਨਾਬ? 7 ਮੱਝਾਂ ਸੀ, ਕੋਈ ਪਛੜਾ ਨੇ 8 ਮਾਣ ਦਾ ਨਾਮ ਵੀ ਨਾ ਇਸ ਵੇ 2 ਮਾਣ ਦਾ ਦੇਣਾ ਇੱਕ ਟਾਈਮ ਦਾ ਜਾ ਕੇ, ਇਹ 4 ਮਾਣ ਇੱਕ ਦਿਨ ਦਾ, ਇੱਕ ਦਿਨ ਦਾ ਜੀ। ਮਾਸ਼ਾਅੱਲਾ ਜਨਾਬ, ਕੀ ਰੇਟ ਚੱਲਦਾ ਪਿਆ ਦੋਸਤ? ਜਨਾਬ ਦੁੱਧ ਦਾ ਰੇਟ ਜੇ 100 ਛੋਟਾ ਤਾਂ ਲਿਓ ਜਨਾਬ, ਝੋਟਾ ਲਿਓ ਇੱਕ ਵਾਰੀ ਜਿਹੜਾ ਨਾ ਬਲਾਲ ਵਹਾ ਛੜੇ। ਕੀ ਰੇਟ ਪੈ ਚੱਲਦਾ ਜਨਾਬ? 180 ਰੁਪਈਆ ਦੁੱਧ ਜਾ ਰਿਹਾ ਤੇ ਜਾ ਵੀ ਘਟਾਲੇ ਰਿਹਾ। ਠੀਕ ਹੋ ਗਿਆ ਜਨਾਬ, 4 ਸਾਲ ਹੋ ਰਹੇ ਬੰਦੇ ਨੂੰ ਲੱਗਦੇ ਆ ਮੇਰੇ ਨਾਲ। ਇੱਕ ਹੀ ਬੰਦਾ ਜੀ? ਇੱਕ ਹੀ ਬੰਦਾ ਛੱਡਦਾ ਹੈ ਜੇ ਮੈਂ ਢੇਰ ਹੋਰ ਬੰਦੇ ਆਏ ਨੇ, ਉਹਨੇ ਆਖਿਆ ਨਹੀਂ ਮੈਂ। ਮਾਸ਼ਾਅੱਲਾ ਜਨਾਬ, ਗੁਰਜੇ ਸਾਹਿਬ ਇਹ ਜਿਸ ਵੇ ਸਟਾਰਟ ਕੀਤਾ ਕੰਮ, ਕਿੰਨੇ ਕੁ ਘਰਾਂ ਤੋਂ ਸਟਾਰਟ ਕੀਤਾ? ਇਹ ਜਨਾਬ 4 ਮੱਝਾਂ ਤੋਂ ਕੀਤਾ ਹੈ ਜੀ। 4 ਮੱਝਾਂ, 4 ਮੱਝਾਂ ਚੁਣਨੇ ਉੱਥੋਂ ਅਸੀਂ ਅੱਗ ਵੇਚੀਆਂ ਨਹੀਂ ਹਨ। ਠੀਕ ਹੈ, ਚੁੰਦੀਆਂ ਗਈਆਂ ਨੇ, ਕੱਟੀਆਂ ਕੱਟੇ ਉਹ ਵਾੜਾ ਦੇਖਿਆ ਤੇ ਬਣਿਆ, ਉੱਥੇ ਹਰੇ 20 ਕੱਟੀਆਂ ਨੇ ਬੈਠੀਆਂ। ਇਸ ਟਾਈਮ ਜਿਹੜਾ ਹੈ ਨਾ ਇਹਨਾਂ ਤੋਂ ਬਾਅਦ ਜਿਹੜਾ ਦੂਸਰਾ ਸਟੈਪ ਤਿਆਰ ਹੁੰਦਾ ਪਿਆ ਜੀ, ਸਟੈਪ ਬਾਈ ਸਟੈਪ ਆਉਂਦਾ। ਹੁਣ 2 ਝੋਟੀਆਂ ਇੱਕ ਬੀਣੀ ਬੈਠੀ ਹੈ ਜੀ, ਇੱਕੋ ਬੈਲੈਂਸ ਹੋ ਰਹੀ ਹੈ। ਠੀਕ ਹੋ ਗਿਆ, ਉੱਥੇ 2-3 ਹੋਰ ਤਿਆਰ ਨੇ, ਤਿਆਰ ਨੇ ਨਾ ਜਿਹੜੀਆਂ ਮਾਸ਼ਾਅੱਲਾ ਆਪਣੀਆਂ ਘਰ ਦੇ ਬਰੀਡ ਨੇ ਜਨਾਬ, ਸਾਰੇ ਘਰ ਦੀ ਬਰੀਡ ਨੇ ਜੀ ਬਿਲਕੁਲ ਜੀ। ਇਹ 4 ਝੋਟੀਆਂ ਤੋਂ ਸਟਾਰਟ ਕਰਕੇ ਜਿਹੜਾ ਹੈ ਨਾ ਇਹ ਜਨਾਬ ਲੋ ਜੀ ਅੱਗੇ ਆ ਗਿਆ ਜੀ, ਝੋਟਾ ਜਿਹੜਾ ਹੈ ਨਾ
ਤੇ ਝੋਟਾ ਵੀ ਬਲਾਲ ਵਹਾ ਸਕਦਾ ਘਰੇ ਲੈ ਲੈ ਝੋਟਾ ਜਨਾਬ ਘਰ ਦਾ ਜਿਹੜੀ ਪਿਛਲੀ ਜਿਹੜੀ ਉਹ ਜਿਹਾ ਕੰਮ ਨਹੀਂ ਲਾਇਆ ਕਾਲੀ ਤੁਸੀਂ ਜੀ ਉਸ ਵਾਰ ਕਰ ਜੀ ਹੋ ਗਿਆ ਜਨਾਬ ਕੀ ਕੁਲ ਕਾੜੇ ਦੀ ਮਾਂ ਦਾ ਜਿਹੜਾ ਤੁਹਾਡੇ ਫਾਰਮ ਤੇ ਨਾ ਮੈਂ ਹੁਣ ਵੀ ਸੂਈ ਜਮਾ ਜਾ ਕੇ 8-5 ਦਿਨਾਂ ਦੀ ਆਸ ਪੈ 1500 ਦੋ ਤੇ ਮਾਰ ਕੇ ਲੈ ਜੇ ਰਾਤ ਛੱਡਣੀ ਮਾਸ਼ਾਅੱਲਾ ਮੈਡਮ ਮਾਸ਼ਾਅੱਲਾ ਸਾਡੇ ਵੀ ਜਿੰਨਾ ਨੂੰ ਦਿਖਵਾਉਂਦੀ ਹੈ ਜੀ ਬਾਈਕ ਨੂੰ ਵਾਲ ਨਹੀਂ ਮਾਸ਼ਾਅੱਲਾ ਜੀ ਵਾਲ ਦੇ ਵਿੱਚ ਸਵਾਦ ਹੀ ਕੇ ਜਿਹੜਾ ਹੈ ਨਾ 20 ਤੋਂ 22 ਕਿਲੋ ਜਿਹੜਾ ਹੈ ਨਾ ਇਹ ਦੁੱਧ ਚੁਵਾਉਂਦੀ ਹੈ ਜੀ ਵਪਾਰ ਨੇ ਪਹਿਲੇ ਇੱਕ ਵਾਰੀ ਕੱਟਾ ਵਪਾਰ ਦਿਓ ਜਿਹੜਾ ਹੈ ਤੇ ਫਿਰ ਬਲਾਲ ਜਿਹੜਾ ਹੈ ਨਾ ਇਹ ਵਪਾਰ ਕੱਟਦਾ ਮੂੰਹ ਚੁੱਕੇ ਜੇ ਮੂੰਹ ਚ ਮੂੰਹ ਨੂੰ ਮਜ਼ਾ ਆਉਂਦਾ ਦਿੱਤਾ ਲੋ ਜੀ ਮੂੰਹ ਚ ਜਵਾਨ ਮਾਸ਼ਾਅੱਲਾ ਜਨਾਬ ਬਰੀਡਰ ਲੋ ਜੀ ਗੁਜੇ ਸਾਹਿਬ ਇਹ ਬਰੀਡਰ ਕਿਤੇ ਭਰਾ ਨੂੰ ਪਸੰਦ ਆਵੇ ਜੀ ਜਨਾਬ ਰਾਬਤਾ ਕਰ ਲੈ ਫੋਨ ਤੇ ਉਹਦੇ ਗੱਲ ਹੋਣੀ ਹੈ ਜੀ ਠੀਕ ਹੋ ਗਿਆ ਇਹ ਕਿਹੜੀ ਜਮਾਤ ਹੈ ਬੁਲਾ ਲੈ ਐਸੇ ਰਹਿਣ ਦੋ ਬੁਲਾ ਲਓ ਖਾਸ ਹੱਟ ਦਾ ਬੱਜੀ ਜਿਹੜਾ ਹੈ ਜੀ ਠੀਕ ਹੋ ਗਿਆ ਮਾਸ਼ਾਅੱਲਾ ਜੀ ਇਹ ਕਿੰਨਾ ਸੁਬਾ ਸੋਈ ਜੀ ਹੁਣ ਇਹ ਚੌਥਾ ਸੁਬਾ ਸੋਈ ਜੀ ਠੀਕ ਹੋ ਗਿਆ ਜਨਾਬ ਇਹਦੀ ਕੱਟੀ ਵੀ ਹੋਈ ਹੈ ਤਿਆਰ ਇਹਦੀ ਕੱਟੀ ਆ ਜਨਾਬ ਪਿੱਛੇ ਆਪਕੀ ਹੁਣ ਠੀਕ ਹੋ ਗਿਆ ਇਹ ਤਿਆਰ ਨਹੀਂ ਹੋਈ ਨਾ ਜੀ ਠੀਕ ਹੋ ਗਿਆ ਲੋ ਜੀ ਜਨਾਬ ਕੱਟਾ ਵੀ ਔਰ ਝੋਟੀ ਵੀ ਜਿਹੜੀ ਹੈ ਨਾ ਇਹ ਭਰਾਵਾਂ ਨੂੰ ਆ ਸੜੀ ਤੇ ਬਾਕੀ ਜੇ ਕਿਸੇ ਨੇ ਕੋਈ ਮਾਲੂਮਾਤ ਚਾਹੀਦੀ ਹੋਵੇ ਨਾ ਫਾਰਮ ਦੇ ਹਵਾਲੇ ਨਾਲ ਉਹ ਵੀ ਜਨਾਬ ਗੁਜਰ ਨਾਲ ਰਾਬਤਾ ਕਰ ਲੈਣਾ ਔਰ ਬਾਕੀ ਅੱਲਾਹ ਪਾਕ ਰੱਖੇ ਖੈਰ ਇਸੇ ਵੀਡੀਓ ਦੇ ਨਾਲ ਜਿਹੜਾ ਨਾ ਦਿਓ ਜ਼ਿਆਦਾ ਤੇ ਇਨਸ਼ਾ ਅੱਲਾਹ ਅਗਲੇ ਵੀਡੀਓ ਦੇ ਨਾਲ ਫੇਰ ਹਾਜ਼ਰ ਹੋਵਾਂਗੇ ਜਿੰਨਾ ਦਾ ਮਾਨ ਹੈ ਜਨਾਬ ਪਾਕਿਸਤਾਨ ਜ਼ਿੰਦਾਬਾਦ ਪਾਕਿਸਤਾਨ ਜ਼ਿੰਦਾਬਾਦ।